सिंह साहब साढ़े च अज इत शामिल होए जी, सानू हल्लाशेरी ते हौसला दिता, महापुरश होर भी सारे सिंह आए है जी, ते फतेह दी सांझ पाईए। वाहेगुरू जी का खालसा, वाहेगुरू जी की फतेह। जदों इहो जिहियां शख्सीयतां साढ़े कोले आ के सानू शमूलियत उन्हां दी मिलदी आ, उन्हां दा हल्लाशेरी, उन्हां दा हौसला मिलदा, ते ਇਹ ਗੱਲ ਤਾਂ ਤੈਅ ਹੋ ਜਾਂਦੀ ਆ ਵੀ ਅਸੀਂ ਸਹੀ ਰਾਹ 'ਤੇ ਤੁਰੇ ਜਾਂਦੇ ਹਾਂ। ਜਦੋਂ ਸੱਚ 'ਤੇ ਪਹਿਰਾ ਦੇਣਾ ਹੁੰਦਾ ਤਾਂ ਸਾਡੇ ਦਸਵੇਂ ਪਾਤਸ਼ਾਹ ਨੇ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਗੱਲ ਸਿਖਾਈ ਆ ਵੀ ਪਹਿਰਾ ਸੱਚ 'ਤੇ ਦੇਣਾ ਹੁੰਦਾ ਤੁਹਾਨੂੰ 10 ਲੱਖ ਦੀ ਫੌਜ ਨਹੀਂ ਚਾਹੀਦੀ, ਉਦੋਂ ਕੱਚੀ ਗੜੀ ਦੇ ਅੰਦਰ ਵਾਲੇ 40 ਚਾਹੀਦੇ ਆ। ਉਹ 40 ਬਹੁਤ ਆ ਜੇ ਸੱਚ 'ਤੇ ਪਹਿਰਾ ਦੇਣ ਵਾਲੇ ਹੋਣ ਤਾਂ। ਸੋ ਗੱਲ ਵੱਡੇ ਇਕੱਠਾਂ ਨਾਲ ਜਾਂ ਵੱਧ ਗਿਣਤੀ ਨਾਲ, ਇਹ ਜ਼ਰੂਰੀ ਨਹੀਂ ਵੀ ਗੱਲ ਉਹੀ ਸਹੀ ਹੋਵੇ ਅਤੇ ਜੰਗ ਜਿੱਤੀ ਜਾ ਸਕੇ। ਜੰਗ ਜਿੱਤਣ ਲਈ ਜਜ਼ਬਾ ਪਹਿਲਾਂ ਹੋਣਾ ਜ਼ਿਆਦਾ ਜ਼ਰੂਰੀ ਆ, ਜਿਹੜੀ ਮਨੁੱਖੀ ਬੁੱਧੀ ਤੋਂ ਪਰਾਂ ਦੀ ਗੱਲ ਆ। ਇਹ ਕਈ ਵਾਰੀ ਸਾਡੇ ਸਮਝ 'ਚ ਨਹੀਂ ਆਉਂਦੀ ਇਹ ਗੱਲ, ਜੰਗਾਂ ਜਿੱਤੀਆਂ ਹੀ ਜਜ਼ਬੇ ਨਾਲ ਜਾਂਦੀਆਂ। ਪਰ ਅੱਜ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹ ਪੰਜਾਬ ਦੇ ਹੋਂਦ ਦੀ ਲੜਾਈ ਲੜ ਰਹੇ ਹਾਂ। ਪੰਜਾਬ ਦੀ ਹੋਂਦ, ਇਹ ਲੜਾਈ, ਪੰਜਾਬ ਦੀ ਹੋਂਦ ਦੀ ਲੜਾਈ ਕਿਉਂ ਬਣੀ ਜਾਂ ਇਹਦਾ ਅਹਿਸਾਸ ਸਾਡੇ ਅੰਦਰ ਕਿੱਥੋਂ ਆਇਆ ਵੀ ਪੰਜਾਬ ਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਅਸੀਂ? ਪੰਜਾਬ ਦੇ ਸੱਭਿਆਚਾਰ ਨੂੰ, ਪੰਜਾਬ ਦੇ ਇਤਿਹਾਸ ਨੂੰ, ਪੰਜਾਬ ਦੇ ਪਾਣੀਆਂ ਨੂੰ, ਪੰਜਾਬੀ ਮਾਂ ਬੋਲੀ ਨੂੰ ਅਤੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਜਾਂ ਸਾਡੇ ਗੁਰੂ ਸਾਹਿਬਾਨਾਂ ਦੇ ਫਲਸਫੇ ਨੂੰ ਬਚਾਉਣ ਦੀ ਲੜਾਈ ਲੜੀ ਜਾ ਰਹੀ ਆ। ਇਹ ਕਿਸੇ 3 ਆਰਡੀਨੈਂਸ ਜਾਂ ਹੁਣ ਜਿਹੜੇ ਉਹ ਨਿਊ ਲੈਜਿਸਲੇਸ਼ਨ ਜਾਂ ਲਾਅ ਬਣ ਗਏ, ਇਕੱਲੀ ਲੜਾਈ ਉੱਥੋਂ ਤੱਕ ਸੀਮਤ ਨਹੀਂ ਆ। ਸੋ ਕਿਸਾਨ ਜਥੇਬੰਦੀਆਂ ਤੋਂ ਜੇ ਅਸੀਂ ਇੱਥੇ ਵੱਖ ਬੈਠੇ ਹਾਂ ਤਾਂ ਇੰਨਾ ਕੁ ਵਖਰੇਵਾਂ ਤਾਂ ਹੈ, ਹਾਲਾਂਕਿ ਸੰਘਰਸ਼ ਉਹੀ ਆ, ਉਸੇ ਸੰਘਰਸ਼ ਦਾ ਹਿੱਸਾ, ਉਹਨਾਂ ਦੇ ਨਾਲ ਇਹ ਲੜਾਈ ਲੜੀ ਜਾ ਰਹੀ ਆ। ਪਰ ਇੰਨਾ ਕੁ ਵਖਰੇਵਾਂ ਰੱਖਣਾ ਚਾਹੀਦਾ ਸੀ, ਉਹ ਇਸ ਕਰਕੇ ਚਾਹੀਦਾ ਸੀ, ਕੱਲ੍ਹ ਨੂੰ ਪੰਜਾਬ ਦਾ ਇਤਿਹਾਸ ਸਾਡੇ 'ਤੇ ਸਾਨੂੰ ਇਹ ਸਵਾਲ ਪੁੱਛੂਗਾ ਵੀ ਮੇਰੀ ਖਾਤਰ ਕਿਸੇ ਨੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ। ਜਿਹੜੇ ਗੁਰੂ ਸਾਹਿਬਾਨਾਂ ਨੇ ਇਹ ਧਰਤੀ, ਅਸੀਂ ਕਹਿੰਦੇ ਹਾਂ ਪੰਜਾਬ ਵਸਦਾ ਗੁਰੂਆਂ ਦੇ ਨਾਂ 'ਤੇ, ਜਿਹੜੇ ਗੁਰੂ ਸਾਹਿਬਾਨਾਂ ਨੇ ਇਹ ਧਰਤੀ ਵਸਾਈ, ਜਿੱਥੇ ਸਾਡੇ ਗੁਰਦੁਆਰਾ ਸਾਹਿਬ ਆ, ਜਿੱਥੇ ਸਾਡੇ ਤਖ਼ਤ ਆ, ਜਿੱਥੇ ਸਾਡਾ ਇਤਿਹਾਸ ਪਿਆ, ਜਿੱਥੇ ਅਸੀਂ ਕਹਿੰਦੇ ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ, ਸਾਹਿਬਜ਼ਾਦਿਆਂ ਦਾ ਜਿੱਥੇ ਸ਼ਹੀਦੀ ਪਾਈ, ਉਹਨਾਂ ਨੇ ਸ਼ਹੀਦੀ ਦਾ ਜਾਮ ਉਹਨਾਂ ਨੇ ਉੱਥੋਂ ਪੀਤਾ, ਉਹ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਵੀ ਇੱਥੇ ਹੀ ਆ। ਅਤੇ ਸਾਨੂੰ ਜੇ ਸਾਡੀ ਧਰਤੀ ਨਾਲ ਉਹ ਤੋੜਨਗੇ ਤਾਂ ਸਾਡੇ ਪੱਲੇ ਕੀ ਰਹਿ ਜੂ ਮੁੜ ਕੇ? ਨਾ ਸਾਡਾ ਫਲਸਫਾ ਸਾਡੇ ਪੱਲੇ ਰਿਹਾ, ਨਾ ਸਾਡਾ ਇਤਿਹਾਸ ਪੱਲੇ ਰਿਹਾ, ਸਾਨੂੰ ਤਾਂ ਸਾਡੇ ਗੁਰੂਆਂ ਨਾਲੋਂ ਵਿਸਾਰਨ ਖਾਤਰ ਆ ਗਏ ਆ ਇਹ। ਸੋ ਲੜਾਈ ਇਸ ਕਰਕੇ ਸਾਡੀ ਹੋਂਦ ਦੀ ਆ, ਸਾਡੀ ਹੋਂਦ ਸਾਡੇ ਫਲਸਫੇ 'ਚ ਪਈ ਆ, ਸਾਡੀ ਸਿਆਸਤ 'ਚ ਪਈ ਆ, ਅਤੇ ਸਭ ਕੁਝ ਧਰਤੀ ਨਾਲ ਜੁੜਿਆ ਹੋਇਆ। ਗੁਰੂ ਨਾਨਕ ਸਾਹਿਬ ਨੇ ਧਰਤੀ ਨਾਲ ਜੋੜਤਾ ਸੀ ਸਾਨੂੰ, ਜਦੋਂ ਕਿਰਤ ਕਰਨ ਦਾ ਸਾਨੂੰ ਸੁਨੇਹਾ ਦਿੱਤਾ ਸੀ। ਉਸੇ ਤਰ੍ਹਾਂ ਸਾਡੀ ਸਿਆਸਤ ਜਦੋਂ ਅਸੀਂ ਕਹਿੰਦੇ ਹਾਂ, ਜਿਹਦੇ 'ਚ ਪੰਜਾਬ ਦੀ ਸਿਆਸਤ, ਸਿੱਖ ਸਿਆਸਤ ਵੀ ਉਹਦਾ ਇੱਕ ਹਿੱਸਾ, ਉਹ ਵੀ ਇਸ ਧਰਤੀ ਨਾਲ ਜੁੜੀ ਹੋਈ ਆ। ਜਦੋਂ ਸਾਡੀਆਂ ਜ਼ਮੀਨਾਂ ਸਾਡੇ ਤੋਂ ਖੋਹ ਲੈਣਗੇ, ਸਾਡੇ ਤੋਂ ਸਾਡੀ ਸਿਆਸਤ ਵੀ ਖੋਹ ਲੈਣਗੇ ਨਾਲ। ਹੁਣ ਅੱਜ ਬਰਾੜ ਸਾਹਿਬ ਸਾਡੇ ਅਜੇਪਾਲ ਸਿੰਘ ਬਰਾੜ ਜੀ, ਉਹ ਵੀ ਸਾਡੇ 'ਚ ਇੱਥੇ ਮੌਜੂਦ ਆ, ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਸੰਗਤਾਂ ਨਾਲ। ਉਹਨਾਂ ਨੇ ਕਿਹਾ ਹੈ ਵਾਰ ਵਾਰ ਕਾਲੇ ਕਾਨੂੰਨ ਆ ਰਹੇ ਆ, ਅਸੀਂ ਇਹਨਾਂ ਲਈ ਸੰਘਰਸ਼ ਵਿੜਦੇ ਹਾਂ, ਲੜਦੇ ਹਾਂ, ਕਿਉਂ ਹੋ ਰਿਹਾ? ਇਹਦੀ ਸਭ ਤੋਂ ਵੱਡੀ ਜਿਹੜੀ ਵਜ੍ਹਾ ਜਾਂ ਜਿੱਥੇ ਜੜ ਪਈ ਆ, ਉਹ ਇਸ ਕਰਕੇ ਹੋ ਰਿਹਾ ਕਿਉਂਕਿ ਸਾਨੂੰ ਸਾਡੇ ਫੈਸਲੇ ਲੈਣ ਦਾ ਅਧਿਕਾਰ ਨਹੀਂ ਆ, ਸਾਡੇ ਕੋਲ ਹੱਕ ਹੀ ਨਹੀਂ ਆ। ਸਾਡੇ ਫੈਸਲੇ ਤਾਂ ਦਿੱਲੀ ਤੋਂ ਲਏ ਜਾਂਦੇ ਆ, ਦਿੱਲੀ ਸਾਡੇ ਘਰਾਂ ਦੇ ਫੈਸਲਿਆਂ ਤੋਂ ਲੈ ਕੇ, ਸਾਡੇ ਸਮਾਜਿਕ ਫੈਸਲਿਆਂ ਤੋਂ ਲੈ ਕੇ, ਰਾਜਸੀ ਫੈਸਲਿਆਂ ਤੋਂ ਲੈ ਕੇ, ਆਰਥਿਕ ਫੈਸਲੇ, ਫਲਸਫਿਆਂ ਦੇ ਫੈਸਲੇ ਵੀ ਦਿੱਲੀ ਲੈਂਦੀ ਆ। ਜੇ ਐਡੀ ਵੱਡੀ ਖੁਦਮੁਖਤਿਆਰੀ ਸਾਡੇ ਤੋਂ ਖੋਹ ਲਈ ਜਾਊਗੀ, ਫਿਰ ਜੇ ਅਸੀਂ ਕਹੀਏ ਵੀ ਸਾਡੀ ਹੋਂਦ ਬਚ ਜੂਗੀ ਜਾਂ ਸਾਡਾ ਫਲਸਫੇ ਬਚ ਜਾਣਗੇ, ਸਾਡਾ ਸੱਭਿਆਚਾਰ ਬਚ ਜੂਗਾ, ਤਾਂ ਇਹ ਬਹੁਤ ਵੱਡਾ ਝੂਠ ਆ। ਸਾਡੇ ਪੱਲੇ ਕੁਛ ਨਹੀਂ ਰਹਿਣਾ, ਸਭ ਕੁਛ ਉਹਨਾਂ ਨੇ ਖੋਹ ਕੇ ਲੈ ਜਾਣਾ। ਸੋ ਲੜਾਈ
ਪੰਜਾਬ ਦੀ ਹੋਂਦ ਦੀ ਲੜਾਈ ਆ ਤਾਂ ਸਾਡੀ ਖੁਦਮੁਖਤਿਆਰੀ ਦੀ ਵੀ ਲੜਾਈ ਆ, ਸਾਡੇ ਹੱਕਾਂ ਦੀ ਲੜਾਈ ਆ, ਸਾਡੀ ਰਿਆਇਤਾਂ ਦੀ ਲੜਾਈ ਨਹੀਂ ਆ। ਜੇ ਅਸੀਂ ਰਿਆਇਤਾਂ ਦੀ ਲੜਾਈ ਲੜਦੇ ਰਹਾਂਗੇ ਤਾਂ ਹੱਕਾਂ ਦੀ ਗੱਲ ਕੌਣ ਕਰੂ, ਸਾਡੀ ਖੁਦਮੁਖਤਿਆਰੀ ਦੀ ਗੱਲ ਕੌਣ ਕਰੂ। ਸਾਡੇ ਪਾਣੀ ਅਸੀਂ ਦੇਣੇ ਆ, ਉਹ ਅਸੀਂ ਡਿਸਾਈਡ ਕਰਾਂਗੇ ਕਿੰਨਾ ਪਾਣੀ ਦੇਣਾ, ਹਰਿਆਣੇ ਨੂੰ ਦੇਣਾ ਕਿ ਰਾਜਸਥਾਨ ਨੂੰ ਦੇਣਾ ਕਿ ਦਿੱਲੀ ਨੂੰ ਦੇਣਾ, ਉਹ ਅਸੀਂ ਡਿਸਾਈਡ ਕਰਾਂਗੇ। ਪੰਜਾਬ 'ਚੋਂ ਪ੍ਰਵਾਸ ਜਿਸ ਵੱਡੇ ਢੰਗ ਨਾਲ ਹੋ ਰਿਹਾ, ਸਾਡੀ ਨੌਜਵਾਨੀ ਨੂੰ, ਆਉਣ ਵਾਲੀ ਪੀੜ੍ਹੀ ਨੂੰ ਸਾਡੀ ਧਰਤੀ ਨਾਲੋਂ ਤੋੜਿਆ ਜਾ ਰਿਹਾ, ਖੋਰਿਆ ਜਾ ਰਿਹਾ। ਨਾਲ ਨਾਲ ਪ੍ਰਵਾਸ ਤੋਂ ਬਾਅਦ ਪਰਿਵਾਰ ਵੀ ਉੱਧਰ ਨੂੰ ਹੋ ਜਾਂਦਾ, ਉੱਥੇ ਪਹਿਲਾਂ ਆਪ ਜਾ ਕੇ ਮੁੰਡਾ ਜਾਂ ਕੁੜੀ ਪੱਕੇ ਹੁੰਦੇ ਆ ਅਤੇ ਫਿਰ ਬਾਅਦ 'ਚ ਆਪਦੇ ਮਾਂ ਬਾਪ ਨੂੰ ਬੁਲਾ ਲੈਂਦੇ ਆ ਅਤੇ ਸਾਰਾ ਪਰਿਵਾਰ ਹੀ ਉੱਧਰ ਚਲਾ ਜਾਂਦਾ। ਇਹ ਵੀ ਇੱਕ ਬਹੁਤ ਵੱਡਾ ਮਸਲਾ ਜਿਹਦੇ ਖਾਤਰ ਅਸੀਂ ਸਿਰ ਜੋੜ ਕੇ ਬੈਠੇ ਹਾਂ। ਉਹ ਪ੍ਰਵਾਸ ਵੀ ਕਿਸੇ ਉਹਨਾਂ ਨੀਤੀਆਂ 'ਚੋਂ ਹੀ ਨਿਕਲਿਆ ਹੋਇਆ, ਉਹਨਾਂ ਨੀਤੀਆਂ 'ਚੋਂ ਜੋ ਦਿੱਲੀ ਬਣਾਉਂਦੀ ਆ ਅਤੇ ਪੰਜਾਬ ਨੂੰ ਸਹਿਣਾ ਪੈਂਦਾ। ਪੰਜਾਬ ਇਹਨਾਂ ਇਹ ਸਾਰੀ ਲੜਾਈ ਸਾਂਝੇ ਤੌਰ 'ਤੇ ਇੱਕ ਸਮੁੱਚਤਾ 'ਚ ਲੜ ਰਿਹਾ, ਕਿਉਂਕਿ ਜੇ ਅਸੀਂ ਮਸਲਿਆਂ ਨੂੰ ਸਮੁੱਚਤਾ 'ਚ ਨਹੀਂ ਵਿਚਾਰਾਂਗੇ ਤਾਂ ਸਾਨੂੰ ਉਹਨਾਂ ਹਾਲਾਤਾਂ ਦੀ ਸਮਝ ਨਹੀਂ ਆਉਣੀ। ਜਿਹੜੀ ਹਾਲਾਤਾਂ ਦੀ ਦੇਣ ਇਹ ਕਾਲੇ ਕਾਨੂੰਨ ਆ, ਜਿਹੜੇ ਹਾਲਾਤਾਂ ਦੀ ਦਿਨੇਨ ਅੱਜ ਜੇ ਬੇਅਦਬੀ ਹੋ ਰਹੀ ਆ ਸਾਡੇ ਇਸ਼ਟ ਦੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਇਹ ਵੀ ਉਹਨਾਂ ਹਾਲਾਤਾਂ ਦੀ ਦੇਣ ਆ। ਹੁਣ ਸਾਡੇ ਕੋਲ ਜੇ ਅਸੀਂ ਇਹਨਾਂ ਗੱਲਾਂ ਲਈ ਨਹੀਂ ਜਾਗੇ ਤਾਂ ਮੇਰੇ ਖਿਆਲ 'ਚ ਇਦੂ ਜ਼ਿਆਦਾ ਸਾਡੇ ਤੋਂ ਬੇਅਦਬੀਆਂ ਨਹੀਂ ਸਹਿ ਹੋਣੀਆਂ, ਇਦੂ ਜ਼ਿਆਦਾ ਇਦੂ ਬਾਅਦ ਸਾਡੇ ਤੋਂ ਲੜਾਈਆਂ ਵੀ ਨਹੀਂ ਲੜੀਆਂ ਜਾਣੀਆਂ। ਅਸੀਂ ਤਾਂ ਅਖੀਰਲੇ ਪੜਾਅ 'ਚ ਇੱਕ ਲੜਾਈ ਲੜ ਰਹੇ ਹਾਂ। ਜੇ ਹੁਣ ਨਹੀਂ ਜਾਗਾਂਗੇ, ਹੁਣ ਨਹੀਂ ਸਿਰ ਜੋੜ ਕੇ ਬੈਠਾਂਗੇ ਅਤੇ ਹੁਣ ਸਮਰਪਿਤ ਹੋ ਕੇ ਅੰਦਰ ਇੱਕ ਨਿਸ਼ਚਾ ਅਤੇ ਇਖਲਾਕ ਲੈ ਕੇ ਨਹੀਂ ਚੱਲਾਂਗੇ ਤਾਂ ਗਾਂਹ ਫਿਰ ਸਾਡੇ ਤੋਂ ਲੜਾਈ ਵੀ ਨਹੀਂ ਲੜੀ ਜਾਣੀ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ, ਜਿਵੇਂ ਅੱਜ ਸਿੰਘ ਸਾਹਿਬ ਆਏ ਆ, ਪਹਿਲਾਂ ਵੀ ਬੜੇ ਮਹਾਂਪੁਰਸ਼ ਆਏ ਆ, ਸਾਨੂੰ ਹੱਲਾਸ਼ੇਰੀ ਦੇ ਕੇ ਜਾਂਦੇ ਆ, ਸਾਨੂੰ ਇੱਕ ਸੇਧ ਅਤੇ ਰਾਹ ਦਸੇਰਾ ਵੀ ਸਾਡਾ ਕਰਦੇ ਆ, ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ